ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ NRI ਪੰਜਾਬੀ TV ਤੇ ਮੈਂ ਹਾਂ ਤੁਹਾਡੇ ਨਾਲ ਸਿਮਰਨ ਕਾਲੀਰਾਓ। ਅੱਜ ਮੈਂ ਪਹੁੰਚੀ ਹਾਂ ਫਤਿਹਾਬਾਦ ਦੇ ਵਿੱਚ। ਮੈਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਇੱਕ ਛੋਟੀ ਜੀ ਪਿਆਰੀ ਜਿਹੀ ਬੱਚੀ ਦੇ ਨਾਲ, ਜਿਹਦੀ ਆਵਾਜ਼ ਬਹੁਤ ਹੀ ਸੋਹਣੀ ਹੈ। ਨਾਮ ਬਾਅਦ ਚੋਂ ਦੱਸੂੰਗੀ, ਪਹਿਲਾਂ ਇਸ ਪਿਆਰੀ ਜਿਹੀ ਬੱਚੀ ਦੇ ਘਰ ਦੇ ਵਿੱਚ ਚੱਲਦੇ ਹਾਂ, ਠੀਕ ਹੈ ਜੀ? ਆ ਜਾਓ ਮੇਰੇ ਨਾਲ ਹੀ। ਜਿਹੜੀ ਪਿਆਰੀ ਜਿਹੀ ਬੱਚੀ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ, ਉਹ ਹੈਗੀ ਹੈ ਜੀ ਜੰਨਤ। ਜੰਨਤ, ਬਹੁਤ ਬਹੁਤ ਸਵਾਗਤ ਹੈ ਤੁਹਾਡਾ NRI ਪੰਜਾਬੀ TV ਤੇ। ਹਾਂਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ ਜੰਨਤ। ਜੰਨਤ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਹਾਂ। ਜੰਨਤ ਦੀ ਉਮਰ 12 ਸਾਲ ਹੈ ਅਤੇ ਇਹ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਅਤੇ ਕੁੜੀ ਗਾਉਂਦੀ ਬਹੁਤ ਸੋਹਣਾ ਹੈ। ਜੰਨਤ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ, ਪਰ ਜੰਨਤ ਨੂੰ ਹੁਣ ਇੱਕ ਸਪੋਰਟ ਦੀ ਲੋੜ ਹੈ ਕਿਉਂਕਿ ਜੰਨਤ ਦੀ ਜਿਹੜੀ ਆਵਾਜ਼ ਹੈ ਉਹ ਇੰਨੀ ਜ਼ਿਆਦਾ ਵਧੀਆ ਕਿ ਅਗਰ ਕੋਈ ਜੰਨਤ ਨੂੰ ਸਪੋਰਟ ਕਰੇ ਤਾਂ ਜੰਨਤ ਬਹੁਤ ਅੱਗੇ ਤੱਕ ਜਾ ਸਕਦੀ ਹੈ। ਜੰਨਤ ਦੀ ਫੈਮਿਲੀ ਦੀ ਗੱਲ ਕਰੀਏ ਤਾਂ ਗਰੀਬ ਪਰਿਵਾਰ ਤੋਂ ਜੰਨਤ ਬਿਲੋਂਗ ਕਰਦੀ ਹੈ। ਪਾਪਾ ਜੰਨਤ ਦੇ ਡਰਾਈਵਰ ਨੇ ਅਤੇ ਮੰਮੀ ਘਰ ਹੀ ਸਾਂਭਦੇ ਨੇ, ਹੈ ਨਾ ਜੰਨਤ? ਹਾਂਜੀ। ਆਪਣੇ ਪਰਿਵਾਰ ਦੇ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਸਾਡੇ ਵਿਊਅਰਸ ਨੂੰ ਜ਼ਰੂਰ ਦਿਓ। ਹਾਂਜੀ, ਘਰ ਦੇ ਵਿੱਚ ਮੇਰੇ ਮੰਮੀ ਪਾਪਾ ਅਤੇ ਦੋ ਸਿਸਟਰ ਆ, ਭੂਈ ਆ, ਦਾਦਾ ਜੀ ਆ ਅਤੇ ਵੀਰਾ ਹੈ। ਪਾਪਾ ਕੀ ਕੰਮ ਕਰਦੇ ਨੇ? ਪਾਪਾ ਡਰਾਈਵਰ ਆ। ਅਤੇ ਜੰਨਤ ਗਾਉਂਦੀ ਹੈ, ਗਾਉਣ ਦਾ ਸ਼ੌਂਕ ਕਿੱਥੋਂ ਪੈ ਗਿਆ? ਗਾਉਣ ਦਾ ਸ਼ੌਂਕ ਇੱਦਾਂ ਹੀ। ਜੰਨਤ, ਮੈਂ ਵੀ ਪੁੱਛਣਾ ਸੀ, ਚਲੋ ਬਾਕੀ ਗੱਲਾਂ ਬਾਅਦ ਚੋਂ ਕਰਦੇ ਹਾਂ, ਪਹਿਲਾਂ ਜੰਨਤ ਦੀ ਮੈਂ ਤੁਹਾਨੂੰ ਆਵਾਜ਼ ਸੁਣਾ ਦਿੰਦੀ ਹਾਂ, ਤੁਸੀਂ ਕੋਈ ਵੀ ਆਪਣਾ ਪਸੰਦੀਦਾ ਗਾਣਾ ਸਾਡੀ ਆਡੀਅੰਸ ਨੂੰ ਜ਼ਰੂਰ ਸੁਣਾਓ, ਕਿਉਂਕਿ ਜਿਹੜੀ ਤੁਹਾਡੀ ਆਵਾਜ਼ ਹੈ ਮੈਨੂੰ ਤਾਂ ਬਹੁਤ ਪਸੰਦ ਹੈ। ਹੁਣ ਤੁਹਾਡੀ ਜਿਹੜੀ ਆਵਾਜ਼ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਵੀ ਸੁਣਾਈਏ। ਹਾਂਜੀ। ਉਹਦੇ ਬਾਹਾਂ ਦੇ ਵਿੱਚ ਚੂੜਾਸੀ ਰੰਗ ਮਹਿੰਦੀ ਦਾ ਵੀ ਗੂੜਾਸੀ ਮੇਰੇ ਸਿਰ ਤੇ ਹੱਥ ਰੱਖਾ ਕੇ ਕਹਿ ਗਈ ਅੱਖਾਂ ਭਰ ਕੇ ਓ ਤੈਨੂੰ ਸਾਂ ਲੱਗੇ ਮੇਰੇ ਪਿਆਰ ਦੀ ਜੇ ਰੋਇਆ ਮੈਨੂੰ ਯਾਦ ਕਰਕੇ ਵੇ ਤੈਨੂੰ ਸਾਂ ਲੱਗੇ ਮੇਰੇ ਪਿਆਰ ਦੀ ਜੇ ਰੋਇਆ ਮੈਨੂੰ ਯਾਦ ਕਰਕੇ। ਬਹੁਤ ਵਧੀਆ। ਸੋ ਮੈਂ ਤੁਹਾਡੇ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੂੰਗੀ ਕਿ ਜੋ ਟੈਲੈਂਟ ਹੁੰਦਾ ਹੈ ਉਹਨੂੰ ਅੱਗੇ ਲੈ ਕੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮੈਂ ਅਕਸਰ ਵੇਖਿਆ ਕਈ ਲੋਕਾਂ ਦੇ ਵਿੱਚ ਗਾਉਣ ਦੀ ਕਲਾ ਵੀ ਨਹੀਂ ਹੁੰਦੀ, ਪਰ ਫਿਰ ਵੀ ਬਹੁਤ ਹੀ ਜ਼ਿਆਦਾ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ, ਐਜ਼ ਅ ਐਂਟਰਟੇਨਰ ਪਸੰਦ ਕਰਦੇ ਨੇ ਜਾਂ ਕਿਵੇਂ, ਉਹਦੇ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦੀ, ਪਰ ਜੰਨਤ ਦੇ ਵਿੱਚ ਇੱਕ ਟੈਲੈਂਟ ਹੈ, ਗਾਉਣ ਦੀ ਕਲਾ ਆ, ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਰਲ ਕੇ ਜੰਨਤ ਦੀ ਸਪੋਰਟ ਕਰੀਏ ਅਤੇ ਇਹਨੂੰ ਇੰਡਸਟਰੀ ਦੇ ਵਿੱਚ ਅੱਗੇ ਲੈ ਕੇ ਆਈਏ ਤਾਂ ਕਿ ਜੰਨਤ ਦੀ ਆਵਾਜ਼ ਦੇ ਰਾਹੀਂ ਅਸੀਂ ਬਹੁਤ ਹੀ ਵਧੀਆ ਵਧੀਆ ਗੀਤ ਸੁਣ ਸਕੀਏ। ਸੋ ਜੰਨਤ, ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਤੁਸੀਂ ਕਿਤੋਂ ਸਿੱਖੀ ਹੈ ਗਾਇਕੀ? ਨਹੀਂ, ਗੋਡ ਗਿਫਟ ਹੈ। ਗੋਡ ਗਿਫਟ। ਅਤੇ ਵੈਸੇ ਜਿਹੜੇ ਹਿਸਾਬ ਨਾਲ ਤੂੰ ਕਿਊਟ ਹੈ ਨਾ, ਅਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਜੰਨਤ ਦੀ ਕਿਊਟਨੈਸ ਹੈ ਉਸ ਦੇ ਅਕੋਰਡਿੰਗ ਹੀ ਜੰਨਤ ਦੀ ਆਵਾਜ਼ ਹੈ, ਗੋਡ ਗਿਫਟਡ। ਸੋ ਜੰਨਤ, ਤੁਸੀਂ ਦੇਖ ਦੇਖ ਕੇ ਗਾਉਣਾ ਸਿੱਖੇ ਹੋ ਜਾਂ ਫਿਰ ਕੋਈ ਹੁਣ ਤੁਹਾਨੂੰ ਕੋਈ ਸਿਖਾ ਰਿਹਾ, ਕਿਉਂਕਿ ਕਾਫੀ ਸਮਾਂ ਹੋ ਗਿਆ ਹੁਣ ਤੁਹਾਨੂੰ ਗਾਉਂਦਿਆਂ ਨੂੰ, ਹੈ ਨਾ? ਹਾਂਜੀ, ਮੈਂ ਮਤਲਬ ਸੌਂਗ ਸੁਣ ਸੁਣ ਕੇ ਅਤੇ ਉਹੀ ਗਾਉਂਦੀ ਹਾਂ। ਹਾਂਜੀ, ਆਪਣੇ ਆਪ। ਅਤੇ ਹੁਣ ਵੈਸੇ ਮੈਂ ਅਕੈਡਮੀ ਜਾਣਾ ਸ਼ੁਰੂ ਕੀਤਾ ਹੈ, ਇਹ 1 ਮਹੀਨਾ ਹੋ ਗਿਆ ਜਾਣਾ। ਹਾਂਜੀ, ਟ੍ਰੇਨਿੰਗ ਲੈਂਦੀ ਪਈ ਹਾਂ। ਹਾਂਜੀ, ਕਿੰਨਾ? ਅੱਛਾ, 1 ਮਹੀਨਾ ਹੋ ਗਿਆ ਤੁਹਾਨੂੰ ਟ੍ਰੇਨਿੰਗ ਲੈਂਦੇ ਹੋਏ ਨੂੰ, ਅਤੇ ਤੁਹਾਡਾ ਫੇਵਰੇਟ ਗਾਇਕ ਕੌਣ ਹੈ? ਗੈਰੀ ਸੰਧੂ। ਓ, ਗੈਰੀ ਸੰਧੂ। ਹਾਂਜੀ, ਫਿਰ ਆਪਾਂ ਹੁਣ ਗੈਰੀ ਸੰਧੂ ਦਾ ਗੀਤ ਸੁਣ ਲੈਂਦੇ ਹਾਂ। ਹਾਂਜੀ, 1 ਮਿੰਟ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਰਾਮ ਨਾਲ, ਕੋਈ ਗੱਲ ਨਹੀਂ। ਮੈਂ ਬੇਫਿਕਰਾ ਜਾ ਹੋ ਗਿਆ ਸੀ ਨੀਂਦ ਤੇਰੇ ਨਾਲ ਲਾ ਕੇ, ਮੈਂ ਰਿਸ਼ਤੇ ਵੀ ਸਭ ਭੁੱਲ ਗਿਆ ਸੀ ਤੈਨੂੰ ਆਪਣਾ ਬਣਾ ਕੇ, ਮੈਨੂੰ ਆਪਣਾ ਤੂੰ ਕਹਿ ਕੇ ਤਨ ਮਨ ਮੇਰਾ ਲੈ ਕੇ, ਮੈਨੂੰ ਆਪਣਾ ਤੂੰ ਕਹਿ ਕੇ ਤਨ ਮਨ ਮੇਰਾ ਲੈ ਕੇ, ਨੀ ਤੂੰ ਛੇਤੀ ਅੱਕ ਗਈ, ਹਾਏ ਛੇਤੀ ਅੱਕ ਗਈ।
ਐਤਬਾਰਾਂ ਦਾ ਹੈ ਫਾਇਦਾ ਚੱਕ ਗਈ ਫਾਇਦਾ ਚੱਕ ਗਈ। ਬਹੁਤ ਵਧੀਆ ਗਾਇਆ ਜੰਨਤ, ਮੈਂ ਸੁਣਿਆ ਤੁਸੀਂ ਗੈਰੀ ਸੰਧੂ ਦੇ ਫੈਨ ਹੋ। ਹਾਂਜੀ, ਅਸੀਂ ਕੁੜੀਆਂ ਸਾਰੀਆਂ ਹੀ ਫੈਨ ਹੁੰਦੀਆਂ ਗੈਰੀ ਸੰਧੂ ਦੀਆਂ। ਹਾਂਜੀ, ਮਿਲਣਾ ਗੈਰੀ ਸੰਧੂ ਨੂੰ। ਹਾਂਜੀ, ਸੋ ਮੈਂ ਫੇਰ ਕਹਿ ਦਿੰਦੀ ਹਾਂ ਗੈਰੀ ਸੰਧੂ ਜੀ, ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਕੁੜੀ ਨੂੰ ਮਿਲ ਲਓ, ਕੁੜੀ ਬਹੁਤ ਸੋਹਣਾ ਗਾਉਂਦੀ ਹੈ ਅਤੇ ਅਗਰ ਹੋ ਸਕੇ ਤਾਂ ਸਪੋਰਟ ਜ਼ਰੂਰ ਕਰੋ ਜੰਨਤ ਦੀ। ਸੋ ਜੰਨਤ, ਗੈਰੀ ਸੰਧੂ ਤਾਂ ਤੁਸੀਂ ਗੀਤ ਸਾਨੂੰ ਸੁਣਾ ਤਾ, ਕੋਈ ਲੋਕ ਤੱਥ ਤੁਹਾਨੂੰ ਆਉਂਦਾ? ਹਾਂਜੀ, ਉਹ ਵੀ ਫਿਰ ਸੁਣਾਈ ਦਿਓ। ਦਾਰੂ ਪੀ ਕੇ ਕਦੇ ਨਹੀਂ ਉਹ ਗਾਲ ਕੱਢੀ ਦੀ ਤੇ ਇੱਜ਼ਤ ਕਰੀ ਦੀ ਆਪਣੇ ਤੋਂ ਵੱਡੇ ਦੀ ਗਾਲ ਨੀ ਕਿਸੇ ਨੂੰ ਕਦੇ ਮਾਂ ਦੀ ਕੱਢੀ ਦੀ ਤੇ ਪਿੰਡ ਚ ਮਡੀਰ ਬਾਹਰ ਦੀ ਨੀ ਸੱਦੀ ਦੀ ਮੰਗਵੀ ਗੱਡੀ ਤੇ ਨਹੀਂ ਉਹ ਗੇੜੀ ਲਾਈ ਦੀ ਤੇ ਟੋਰਲੀ ਜਿਊਲਰੀ ਜਾਲੀ ਨੀ ਪਾਈ ਦੀ ਭੀੜ ਵਾਲੀ ਜਗ੍ਹਾ ਤੇ ਨੀ ਪੈਰ ਕੱਢੀ ਦੇ ਤੇ ਤੀਵੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ ਓ ਤੀਵੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ। ਬਹੁਤ ਖੂਬ ਜੰਨਤ, ਇੱਕ ਮੇਰੇ ਤੋਂ ਸਵਾਲ ਸੀਗਾ ਤੁਹਾਡੇ ਲਈ ਕਿ ਜਿਵੇਂ ਤੁਹਾਡੇ ਤੁਸੀਂ ਕਾਫੀ ਗਰੀਬ ਪਰਿਵਾਰ ਤੋਂ ਹੈ ਨਾ, ਤਾਂ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਕਰਦੀ ਹੈ ਸਿੰਗਿੰਗ ਦੇ ਲਈ? ਹਾਂਜੀ, ਸਾਰੀ ਫੈਮਿਲੀ, ਪਾਪਾ ਵੀ ਕਰਦੇ ਨੇ ਹੁਣ? ਸਾਰੇ ਕਰਦੇ। ਅੱਛਾ, ਪਹਿਲਾਂ ਤਾਂ ਨਹੀਂ ਕਦੇ ਆਏ ਹੋਇਆ ਵੀ ਕੁੜੀਆਂ ਨਹੀਂ ਗਾਉਂਦੀਆਂ ਹੁੰਦੀਆਂ ਉੱਚੀ ਉੱਚੀ, ਇੱਦਾਂ ਤਾਂ ਨਹੀਂ ਕਦੇ ਕਿਸੇ ਨੇ ਕੁਛ ਕਿਹਾ? ਨਹੀਂ, ਤੇ ਘਰੇ ਇੱਦਾਂ ਹੀ ਗੁਣਗੁਣਾਉਂਦੀ ਫਿਰਦੀ ਰਹਿੰਦੀ ਆ। ਹਾਂਜੀ, ਤੇ ਹੁਣ ਹੋਰ ਗੀਤ ਸੁਣ ਲੈਂਦੇ ਆ, ਹੋਰ ਵੀ ਸਾਨੂੰ ਕੋਈ ਗੀਤ ਸੁਣਾਓ। ਹਾਂਜੀ, ਰੋਟੀ ਜੋਗੇ ਹੋ ਗਏ ਪੁੱਤਾ ਆ ਜਾਵੇ ਕਰੇ ਤੂੰ ਹੋ ਗਈਆਂ ਕਮਾਈਆਂ ਬਾਤ ਛੱਡ ਦੇ ਪਰੇ ਤੂੰ ਇਹਨਾਂ ਡਾਲਰਾਂ ਦਾ ਲਾਲਚ ਲੈਣਾ ਇਹ ਬੰਦਾ ਕਦੇ ਵੀ ਨੀ ਰੱਜਦਾ ਆਥਣੇ ਜਿਹਾ ਇਹਨਾਂ ਚੋਂ ਮੁੜ ਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ ਆਥਣੇ ਜਿਹਾ ਇਹਨਾਂ ਚੋਂ ਮੁੜ ਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ ਹੈ ਰਾਤੀ ਤੇਰਾ ਬਾਪੂ ਤੇਰੀ ਫੋਟੋ ਪਿਆ ਵੇਖਦਾ ਸੀ ਬੜਾ ਹੀ ਸੀ ਭਰੀ ਬੈਠਾ ਚਿੱਤ ਵੇ ਹੋਰ ਹਲੇ ਟਾਈਮ ਕਿੰਨਾ ਆਵਣੇ ਨੂੰ ਲੱਗਣਾ ਪੁੱਛਦਾ ਰਹਿੰਦਾ ਏ ਮੈਥੋਂ ਨਿਤ ਵੇ ਰਾਤੀ ਉੱਠੇ ਅਸੀਂ ਨਾਮ ਤੇਰਾ ਲੈ ਕੇ ਖੇਡਾਂ ਤੇਰੀਆਂ ਪੁਰਾਣੀਆਂ ਸੀ ਲੱਭਦਾ ਆਥਣੇ ਜਿਹਾ ਇਹਨਾਂ ਚੋਂ ਮੁੜ ਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ। ਬਹੁਤ ਖੂਬ ਜੰਨਤ, ਤੇ ਤੁਸੀਂ ਪੜ੍ਹਾਈ ਨਾਲ ਨਾਲ ਕਰ ਰਹੇ ਹੋ ਜਾਂ ਫਿਰ ਗਾਇਕੀ ਵੱਲ ਜ਼ਿਆਦਾ ਧਿਆਨ ਦੇ ਰਹੇ ਹੋ? ਨਹੀਂ, ਪੜ੍ਹਾਈ ਨਾਲ ਨਾਲ ਕਰ ਰਹੇ। ਤੇ ਹੁਣ ਤੁਹਾਡਾ ਕੀ ਡਰੀਮ ਹੈ, ਕੀ ਕਰਨਾ ਚਾਹੁੰਦੇ ਹੋ ਅੱਗੇ? ਮੈਂ ਮੇਰਾ ਇਹੀ ਡਰੀਮ ਆ ਕਿ ਮੈਂ ਸਟਾਰ ਬਣਾ। ਹਾਂਜੀ, ਤੇ ਆਪਣੇ ਮੰਮਾ ਪਾਪਾ ਦੀ ਜਿਹੜੀ ਖੁਆਇਸ਼ ਉਹਨਾਂ ਦੀ ਪੂਰੀ ਕਰਾਂ। ਹਾਂਜੀ, ਸਟਾਰ ਨਹੀਂ ਤਾਂ ਸੁਪਰ ਸਟਾਰ ਬਣੇਗੇ ਇੱਕ ਦਿਨ, ਲਿਖ ਲੈ ਮੇਰੇ ਕੋਲੋਂ ਅੱਜ। ਹਾਂਜੀ, ਅਤੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ। ਹਾਂਜੀ, ਹੁਣ ਇੱਕ ਗੀਤ ਮੈਂ ਆਪਣੀ ਪਸੰਦ ਦਾ ਸੁਣ ਲਾਂ। ਹਾਂਜੀ, ਮੈਨੂੰ ਕੋਈ ਵੀ ਰਣਜੀਤ ਬਾਵੇ ਦਾ ਗੀਤ ਸੁਣਾ ਦਿਓ, ਕੋਈ ਵੀ ਜਿਹੜਾ ਤੁਹਾਨੂੰ ਆਉਂਦਾ ਹੋਵੇ। ਠੀਕ ਹੈ, ਬਾਵਾ ਮਿੱਟੀ ਦਾ ਬਣਾਉਣੀਆ ਵੇ ਉਹਨੂੰ ਤੇਰੀ ਪੱਗ ਬਣ ਕੇ ਦੁੱਖ ਦਿਲ ਦਾ ਸੁਣਾਉਣੀਆ ਬਾਵਾ ਮਿੱਟੀ ਦਾ ਬਣਾਉਣੀਆ ਵੇ ਉਹਨੂੰ ਤੇਰੀ ਪੱਗ ਬਣ ਕੇ ਦੁੱਖ ਦਿਲ ਦਾ ਸੁਣਾਉਣੀਆ ਦਿਲ ਦਾ ਸੁਣਾਉਣੀਆ। ਬਸ ਇਹਨਾਂ ਕੀ ਆਉਂਦਾ? ਹਾਂਜੀ, ਚਲੋ ਕੋਈ ਚੱਕਰ ਨਹੀਂ, ਪਰ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਅਤੇ ਹੋਰ ਵੀ ਗੱਲਾਂ ਬਾਤਾਂ ਕਰ ਲਈਏ ਆਪਾਂ ਜਾਂ ਫਿਰ ਤੁਸੀਂ ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ? ਦੱਸੋ ਕੀ ਕਰੀਏ, ਤੁਹਾਡੀ ਮਰਜ਼ੀ, ਤੁਸੀਂ ਜੋ ਕਹੋਗੇ। ਗਾਇਕੀ ਤੋਂ ਬਿਨਾਂ ਜੰਨਤ ਦੇ ਹੋਰ ਕਿਹੜੇ ਕਿਹੜੇ ਸ਼ੌਂਕ ਨੇ? ਹਾਂਜੀ, ਮੈਂ ਮੰਮਾ ਨਾਲ ਕਰਦੇ ਕੰਮ, ਜਦੋਂ ਫ੍ਰੀ ਹੁੰਦੀ ਹਾਂ ਉਦੋਂ ਮੰਮਾ ਨਾਲ ਕਰਦੇ ਕੰਮ ਕਰਵਾਉਂਦੀ ਹਾਂ, ਅਤੇ ਜੋ ਮੰਮਾ ਕਰਦੇ ਆ ਉਹਨਾਂ ਤੋਂ ਪੁੱਛਦੀ ਵੀ ਹਾਂ ਕਿ ਇਹ ਕਿਵੇਂ ਆ ਕਿਵੇਂ ਨਹੀਂ,
ਫਿਰ ਮੰਮਾ ਮੈਨੂੰ ਥੋੜਾ ਥੋੜਾ ਦੱਸਦੇ ਰਹਿੰਦੇ ਆ, ਇਦਾਂ ਹੀ ਫਿਰ ਮੈਂ ਸਿੱਖਦੀ ਰਹਿੰਦੀ ਹਾਂ। ਤੇ ਤੁਹਾਡੇ ਵੱਡੇ ਦੀਦੀ ਵੀ ਨੇ ਹੈ ਨਾ? ਹਾਂਜੀ। ਫਿਰ ਦੀਦੀ ਨਾਲ ਲੜਾਈ ਝਗੜਾ ਵਗੈਰਾ ਹੁੰਦਾ? ਹੁੰਦਾ। ਕਿਹੜੀ ਗੱਲ ਤੋਂ ਹੁੰਦਾ ਮੋਸਟਲੀ? ਜਾਂ ਤਾਂ ਫੋਨ ਤੋਂ, ਜਾਂ ਵੈਸੇ ਛੋਟੀ ਛੋਟੀ ਮੋਟੀ ਗੱਲ ਤੋਂ ਹੀ। ਕਦੇ ਇੱਦਾਂ ਤਾਂ ਨਹੀਂ ਹੋਇਆ ਵੀ ਜੰਨਤ ਆਪਣੀ ਮਸਤੀ ਦੇ ਵਿੱਚ ਬੈਠੀ, ਰੂਮ ਦੇ ਵਿੱਚ ਬੈਠੀ, ਉੱਚੀ ਆਵਾਜ਼ 'ਚ ਗਾਉਣ ਲੱਗੀ ਹੋਈ ਹੈ ਅਤੇ ਦੀਦੀ ਉੱਧਰ ਪੜ੍ਹਾਈ ਕਰ ਰਹੀ ਹੈ, ਅਤੇ ਫਿਰ ਤਾਂ ਨਹੀਂ ਲੜਾਈ ਹੁੰਦੀ? ਮਤਲਬ ਪੂਰੇ ਸਾਰੇ ਸਪੋਰਟ ਕਰਦੇ ਆ ਤੁਹਾਨੂੰ? ਹਾਂਜੀ। ਤੇ ਜਿਵੇਂ ਤੁਸੀਂ ਕਿਹਾ ਕਿ ਮੈਂ ਵੱਡੀ ਸਟਾਰ ਬਣਨਾ, ਤੇ ਜਦੋਂ ਤੁਸੀਂ ਵੱਡੇ ਸਟਾਰ ਬਣ ਜਾਓਗੇ ਤਾਂ ਇਹ ਤਾਂ ਨਹੀਂ ਹੋਊਗਾ ਕਿ ਤੁਸੀਂ ਆਪਣੀ ਜਿੱਥੋਂ ਤੁਹਾਡੀ ਸ਼ੁਰੂਆਤ ਹੋਈ ਹੈ ਸਫ਼ਰ ਦੀ, ਤੁਸੀਂ ਆਪਣੀ ਉਹ ਜਗ੍ਹਾ ਨੂੰ ਹੀ ਭੁੱਲ ਜਾਵੋ, ਆਪਣੀ ਜਿਹੜੀ ਪੰਜਾਬ ਦੀ ਮਿੱਟੀ ਹੈ ਉਹਨੂੰ ਹੀ ਭੁੱਲ ਜਾਵੋ, ਇੱਦਾਂ ਦਾ ਤਾਂ ਨਹੀਂ ਹੋਊਗਾ? ਕਿਉਂਕਿ ਅਕਸਰ ਅਸੀਂ ਵੇਖਿਆ ਹੈ ਕਿ ਜਿਹੜੇ ਬਹੁਤ ਸਾਰੇ ਸਟਾਰ ਹੁੰਦੇ ਨੇ ਉਹ ਭੁੱਲ ਜਾਂਦੇ ਨੇ ਜਿੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਹੁੰਦੀ ਹੈ, ਤਾਂ ਤੁਹਾਡੇ 'ਚ ਇੱਦਾਂ ਦਾ ਕੁਝ ਬਦਲਾਅ ਆਊਗਾ ਜਾਂ ਨਹੀਂ? ਨਹੀਂ, ਉਹ ਕਿਵੇਂ? ਕਦੀ ਵੀ ਨਹੀਂ ਆਊਗਾ। ਅੱਛਾ। ਹਾਂਜੀ, ਕਿਉਂਕਿ ਅਸੀਂ ਬਹੁਤ ਮਾੜੇ ਹਾਲਾਤ ਦੇਖ ਚੁੱਕੇ ਹਾਂ ਅਤੇ ਕਦੀ ਭੁੱਲ ਵੀ ਨਹੀਂ ਸਕਦੇ, ਜਿਵੇਂ ਦੇ ਕਿ ਅਸੀਂ ਹਾਲਾਤ ਦੇਖੇ ਹੋਏ ਆ। ਹਾਂਜੀ, ਬਲਕਿ ਹਲੇ ਵੀ ਦੇਖ ਰਹੇ ਹਾਂ। ਸੋ ਜਿਵੇਂ ਜੰਨਤ, ਕਈ ਵਾਰ ਇੱਦਾਂ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਸੁਪਰ ਸਟਾਰ ਬਣਨਾ ਹੈ ਨਾ, ਤਾਂ ਕਿ ਲੋਕ ਤੁਹਾਨੂੰ ਪਹਿਚਾਣਨ, ਕਈ ਵਾਰ ਇੱਦਾਂ ਹੋ ਜਾਂਦਾ ਕਿ ਲੋਕ ਸਟਾਰ ਬਣ ਜਾਂਦੇ ਨੇ ਪਰ ਉਹ ਆਪਣੀ ਜਿੱਥੋਂ ਉਹ ਸ਼ੁਰੂਆਤ ਹੋਈ ਹੁੰਦੀ ਹੈ ਉਹਨਾਂ ਦੇ ਇਹ ਸਫ਼ਰ ਦੀ, ਉਸ ਨੂੰ ਭੁੱਲ ਜਾਂਦੇ ਨੇ, ਉਹ ਜਿਹੜੇ ਹਾਲਾਤਾਂ 'ਚੋਂ ਨਿਕਲ ਹੁੰਦੇ ਨੇ ਉਹਨਾਂ ਨੂੰ ਭੁੱਲ ਜਾਂਦੇ ਨੇ ਅਤੇ ਦੂਸਰੇ ਬੰਦੇ ਨੂੰ ਬੰਦਾ ਨਹੀਂ ਸਮਝਦੇ। ਤੁਹਾਡੇ 'ਚ ਤਾਂ ਨਹੀਂ ਇਹ ਚੀਜ਼ ਕਦੇ ਆਊਗੀ, ਇਸ ਤਰ੍ਹਾਂ ਦਾ ਬਦਲਾਵ ਕਦੇ ਆ ਸਕਦਾ? ਨਹੀਂ, ਕਦੇ ਵੀ ਨਹੀਂ, ਕਿਉਂਕਿ ਅਸੀਂ ਬਹੁਤ ਮਾੜੇ ਹਾਲਾਤ ਦੇਖ ਚੁੱਕੇ ਹਾਂ ਅਤੇ ਹਲੇ ਵੀ ਦੇਖ ਰਹੇ ਹਾਂ, ਇਸ ਕਰਕੇ ਮੈਂ ਇਹ ਹਾਲਾਤ ਕਦੇ ਵੀ ਨਹੀਂ ਭੁੱਲਾਂਗੀ। ਅਗਰ ਮੈਂ ਸਟਾਰ ਬਣ ਵੀ ਗਈ ਤਾਂ ਮੈਂ ਕਦੇ ਨਹੀਂ ਭੁੱਲਾਂਗੀ। ਹਾਂਜੀ। ਆਮਦਨ ਦਾ ਕੀ ਸਾਧਨ ਹੈ? ਕਿਉਂਕਿ ਜਦੋਂ ਅਸੀਂ ਘਰ ਦੇ ਵਿੱਚ ਵੜੇ ਤਾਂ ਹਾਲਾਤ ਕਾਫੀ ਕਹਿ ਲਓ ਕਿ ਨਾਜ਼ੁਕ ਨੇ ਪਰਿਵਾਰ ਦੇ, ਹੈ ਨਾ? ਮੇਰੇ ਖਿਆਲ ਨਾਲ ਕਿ ਤੁਹਾਡਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੋਣਾ। ਆਮਦਨ ਦਾ ਸਾਧਨ ਕੀ ਹੈ? ਸਿਰਫ ਪਾਪਾ ਹੀ ਕਮਾਉਂਦੇ ਨੇ ਜਾਂ ਫਿਰ ਹੋਰ ਵੀ ਕੋਈ ਘਰ ਦੇ ਵਿੱਚੋਂ ਕੋਈ ਬਾਹਰ ਜਾਂਦਾ ਅਤੇ ਕਮਾਈ ਕਰਕੇ ਲੈ ਕੇ ਆਉਂਦਾ? ਹਾਂਜੀ, ਮੰਮਾ ਜਾਂਦੇ ਆ, ਮਤਲਬ ਘਰ ਦਾ ਇੱਕ ਦੋ ਘਰ ਦਾ ਕੰਮ ਕਰਦੇ ਆ ਅਤੇ ਪਾਪਾ ਵੀ ਜਾਂਦੇ, ਹੁਣ ਤਾਂ ਕੋਈ ਕੰਮ ਨਹੀਂ ਮਿਲ ਰਿਹਾ ਪਾਪਾ ਨੂੰ ਵੀ, ਅਤੇ ਇੱਦਾਂ ਹੀ ਮਤਲਬ ਸਾਰੇ ਵਿਹਲੇ ਹੀ ਆ ਅਤੇ ਮੰਮਾ ਜਾਂਦੇ ਆ। ਹਾਂਜੀ। ਘਰ ਦਾ ਗੁਜ਼ਾਰਾ ਸਹੀ ਚੱਲ ਰਿਹਾ ਜਾਂ ਫਿਰ ਔਖਾ ਚੱਲ ਰਿਹਾ? ਔਖਾ ਚੱਲ ਰਿਹਾ। ਹਾਂਜੀ। ਅਤੇ ਮੈਂ ਤੁਹਾਡੇ ਅੱਗੇ ਇਹ ਰਿਕੁਐਸਟ ਕਰੂੰਗੀ ਕਿ ਅਸੀਂ ਜੰਨਤ ਦੇ ਪਰਿਵਾਰ ਦੀਆਂ ਅਤੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ, ਹਾਲਾਤ ਕਾਫੀ ਨਾਜ਼ੁਕ ਨੇ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਜੰਨਤ ਦੇ ਵਿੱਚ ਕਲਾ ਵੀ ਹੈ ਅਤੇ ਜੰਨਤ ਨੂੰ ਸਾਰਿਆਂ ਦੇ ਸਾਹਮਣੇ ਅੱਗੇ ਵੀ ਲੈ ਕੇ ਆਇਆ ਜਾਵੇ, ਕਿਉਂਕਿ ਮੀਡੀਆ ਦਾ ਕੰਮ ਹੁੰਦਾ ਟੈਲੈਂਟ ਨੂੰ ਪਿੰਡਾਂ ਦੇ ਵਿੱਚੋਂ, ਅਲੱਗ ਅਲੱਗ ਸ਼ਹਿਰਾਂ ਦੇ ਵਿੱਚੋਂ ਲੱਭਣਾ, ਅਤੇ ਅਸੀਂ ਟੈਲੈਂਟ ਨੂੰ ਲੱਭ ਲਿਆ, ਹੁਣ ਤੁਹਾਡੀ ਵਾਰੀ ਹੈ ਇਸ ਟੈਲੈਂਟ ਨੂੰ ਸਾਂਭਣ ਦੀ, ਕਿਤੇ ਇਹ ਨਾ ਹੋਵੇ ਕਿ ਗਰੀਬੀ ਦੀ ਮਾਰ ਦੇ ਹੇਠ ਆ ਕੇ ਇਹ ਟੈਲੈਂਟ ਹੈ ਜਿਹੜਾ ਉਹ ਦਾਬੀ ਜਾਵੇ। ਸੋ ਜੰਨਤ, ਹੋਰ ਕੋਈ ਗੀਤ ਤੁਸੀਂ ਸੁਣਾਓਗੇ? ਤੁਸੀਂ ਕੋਈ ਪ੍ਰਿਪੇਅਰ ਕੀਤਾ? ਹਾਂਜੀ। ਲੋਕੋ ਨਾ ਕਹਿਰ ਗੁਜ਼ਾਰੋ, ਕੁੱਖ ਦੇ ਵਿੱਚ ਨਾ ਮਾਰੋ, ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ, ਲੋਕੋ ਨਾ ਕਹਿਰ ਗੁਜ਼ਾਰੋ, ਹਾਏ ਬਹੁਤ ਖੂਬ। ਅਤੇ ਤੁਸੀਂ ਸਾਡੀ ਆਡੀਅੰਸ ਵੀ ਇਮੋਸ਼ਨਲ ਕਰਤੀ ਹੈ ਜੰਨਤ। ਹਾਂਜੀ। ਇਹ ਗੀਤ ਤੋਂ ਮੈਨੂੰ ਯਾਦ ਆਇਆ, ਤੁਹਾਡਾ ਕੋਈ ਭਰਾ ਹੈ? ਨਹੀਂ। ਤੁਸੀਂ ਦੋ ਭੈਣਾਂ? ਹੈ ਨਾ? ਨਹੀਂ, ਤਿੰਨ। ਤਿੰਨ ਭੈਣਾਂ? ਅਤੇ ਕਦੇ ਪਰਿਵਾਰ ਦੇ ਵਿੱਚ ਇਹ ਤਾਂ ਨਹੀਂ ਹੋਇਆ ਜਿਵੇਂ ਆਪਣੇ ਮੋਸਟਲੀ ਇੱਦਾਂ ਹੁੰਦਾ ਕਿ ਜਦੋਂ ਦੋ ਤੋਂ ਵੱਧ ਕੁੜੀਆਂ ਹੋ ਜਾਂਦੀਆਂ, ਤਿੰਨ ਕੁੜੀਆਂ ਹੋ ਜਾਂਦੀਆਂ, ਤਾਂ ਅਕਸਰ ਪਰਿਵਾਰ ਦੇ ਉੱਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਕਿ ਬੋਝ ਵਗੈਰਾ ਉਹਨਾਂ ਨੂੰ ਫੀਲ ਹੁੰਦਾ ਹੈ, ਤਾਂ ਤੁਹਾਡੇ ਪਰਿਵਾਰ ਨੇ ਕਦੇ ਤੁਹਾਨੂੰ ਇੱਦਾਂ ਦਾ ਨਹੀਂ ਕਿਹਾ ਕਿ ਤੁਸੀਂ ਕੁੜੀਆਂ ਹੋ, ਤੁਸੀਂ ਅੰਦਰ ਰਹੋ, ਤੁਸੀਂ ਬਾਹਰ ਨਹੀਂ ਜਾਣਾ ਹੈਗਾ? ਤੁਹਾਨੂੰ ਇੱਦਾਂ ਤਾਂ ਨਹੀਂ ਮਹਿਸੂਸ ਕਰਵਾਇਆ ਕਿ ਤੁਸੀਂ ਉਹਨਾਂ ਦੇ ਉੱਤੇ ਬੋਝ ਹੋ ਤੁਹਾਡੀ ਫੈਮਿਲੀ ਨੇ?
नहीं कदे भी नहीं। नहीं फिर तुसी बहुत लकी हो। हाँ जी हुण जन्नत ऑडियंस इमोशनल करती है, हुण थोड़ा जा कोई वधिया जा होर गाना सुना दो ताकि ऑडियंस साडी जांदी जांदी थोड़ी जी खुश हो जावे, उहनां दे चेहरे ते स्माइल आ जावे। हाँ जी ਇੱਕੋ ਕਰੇ ਪੈਣਾ ਨਾ ਵੇ ਆਈਏ ਸਕੀਆਂ ਤੇ ਨਾਰ ਤੇ ਦੁਨਾਲੀ ਚੰਗੀਆਂ ਨੇ ਟਕੀਆਂ ਕੱਪੜੇ ਸਕਾਉਣੀ ਕੋਠੇ ਤੇ ਨਾ ਬੰਨੀਏ ਤੇ ਬਾਣੀ ਦੀ ਦਲੀਲ ਅੱਖਾਂ ਨੀਚ ਮੰਨੀਏ ਵਾਰ ਵਾਰ ਚੱਕੇ ਜੋ ਰਸੋਈ ਵੱਲ ਨੂੰ ਉਹ ਕਰੇ ਨਹੀਂ ਬਿਠਾਈ ਦਾ ਉਹ ਕਰੇ ਨਹੀਂ ਬਿਠਾਈ ਦਾ ਪੈਸਾ ਤੇ ਮਖੌਲ ਬਹੁਤ ਨਹੀਂ ਉਡਾਈ ਦਾ ਬਹੁਤ ਨਹੀਂ ਉਡਾਈ ਦਾ ਪੈਸਾ ਤੇ ਮਖੌਲ ਸਾਬਣਾ ਉਡਾਈ ਦਾ ਬਹੁਤ ਨਹੀਂ ਉਡਾਈ ਦਾ। ਸੋ ਜਾਂਦੇ ਜਾਂਦੇ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਗੀਤ ਜੰਨਤ ਦੀ ਜ਼ੁਬਾਨੀ ਸੁਣਾਇਆ। ਜੰਨਤ ਤੁਸੀਂ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ? ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਸਪੋਰਟ ਕੀਤੀ ਜਾਵੇ। ਹਾਂਜੀ ਤੇ ਮੈਂ ਵੀ ਇਹੀ ਕਹੂੰਗੀ ਸਾਰੇ ਦਰਸ਼ਕਾਂ ਨੂੰ ਕਿ ਅਗਰ ਕੋਈ ਜੰਨਤ ਦੀ ਸਪੋਰਟ ਕਰ ਸਕਦਾ ਹੈ, ਜੰਨਤ ਨੂੰ ਇੰਡਸਟਰੀ ਦੇ ਵਿੱਚ ਅੱਗੇ ਲੈ ਕੇ ਆ ਸਕਦਾ ਹੈ, ਤਾਂ ਤੁਸੀਂ ਜੰਨਤ ਦੇ ਲਈ ਖੜੇ ਹੋਵੋ ਅਤੇ ਇਹਦੀ ਸਪੋਰਟ ਕਰੋ ਤਾਂ ਕਿ ਇਹ ਗਾਇਕੀ ਗਰੀਬੀ ਦੀ ਮਾਰ ਦੇ ਹੇਠਾਂ ਨਾ ਦੱਬ ਸਕੇ। ਸੋ ਇਸੇ ਤਰ੍ਹਾਂ ਦੀਆਂ ਸਟੋਰੀਜ਼, ਇਸੇ ਤਰ੍ਹਾਂ ਦੀਆਂ ਅਸਲੀ ਕਹਾਣੀਆਂ ਮੈਂ ਤੁਹਾਡੇ ਨਾਲ ਲੈ ਕੇ ਹਰ ਰੋਜ਼ ਹਾਜ਼ਰ ਹੁੰਦੀ ਰਹਾਂਗੀ। ਤੁਸੀਂ ਵੇਖਦੇ ਰਹੋ NRI ਪੰਜਾਬੀ TV, ਅਤੇ ਅਗਰ ਤੁਸੀਂ ਇਹ ਵੀਡੀਓ ਸਾਡੇ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਵੋ, ਅਗਰ ਤੁਸੀਂ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਬੈਲ ਆਈਕਨ ਦਬਾ ਦਿਓ ਤਾਂ ਕਿ ਅਸੀਂ ਜਿਹੜੀ ਵੀ ਅਗਲੀ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਹੁਣ ਮੈਨੂੰ ਅਤੇ ਜੰਨਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।